ਪੰਜਾਬ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਗੌਰਮੈਂਟ ਫੰਡਡ ਸੈਲਫ ਮੇਡ 4 ਸਕੂਲਾਂ ਦੀ ਮਾਨਸਾ ਜ਼ਿਲ੍ਹੇ ਵਿੱਚ ਸਥਾਪਨਾ ਕੀਤੀ ਹੈ, ਪਰ ਕਸਬਾ ਬੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ। ਆਮ ਸਕੂਲਾਂ ਵਿੱਚ ਬੇਸ਼ੱਕ 6ਵੀਂ ਕਲਾਸ ਨੂੰ ਸਮਾਰਟ ਸਕੂਲ ਲਈ ਚੁਣਿਆ ਗਿਆ ਹੈ, ਪਰ 624 ਵਿਦਿਆਰਥੀਆਂ ਵਾਲੇ ਇਸ ਸਕੂਲ ਦੀ 6ਵੀਂ, 7ਵੀਂ ਅਤੇ 8ਵੀਂ ਜਮਾਤ ਨੂੰ ਸਮਾਰਟ ਕਲਾਸਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਸਕੂਲ ਵਿੱਚ ਜਿੱਥੇ ਵਧੀਆ ਸਕੂਲ ਵਾਲੀ ਸਹੂਲਤਾਂ ਮੌਜੂਦ ਨੇ, ਉੱਥੇ ਹੀ ਆਰਟਸ, ਸਾਇੰਸ, ਕਾਮਰਸ, ਖੇਡਾਂ, ਵੱਖ ਵੱਖ ਵਿਸ਼ਿਆਂ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਆਲੀਸ਼ਾਨ ਲਾਇਬ੍ਰੇਰੀ ਵੀ ਮੌਜੂਦ ਹੈ। ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ। ਸਕੂਲ ਦੇ ਬਰਾਮਦਿਆਂ ਦੀਆਂ ਕੰਧਾਂ 'ਤੇ 6ਵੀਂ ਤੋਂ 10ਵੀਂ ਕਲਾਸ ਤੱਕ ਦਾ ਸਿਲੇਬਸ ਪੇਂਟਿੰਗ ਦੇ ਰੂਪ 'ਚ ਪ੍ਰਿੰਟ ਕੀਤਾ ਗਿਆ, ਜਿਸ ਦਾ ਵਿਦਿਆਰਥੀ ਭਰਪੂਰ ਲਾਹਾ ਲੈਂਦੇ ਨੇ। ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਕਿਹਾ ਕਿ ਸਕੂਲ ਦਾ ਸਾਰਾ ਸਟਾਫ ਵਿਦਿਆਰਥੀਆਂ ਨੂੰ ਸਹਿਯੋਗ ਦਿੰਦਾ ਹੈ, ਜਿਸ ਕਰਕੇ ਸਕੂਲ ਦਾ ਨਾਮ ਰੌਸ਼ਨ ਹੋ ਰਿਹਾ ਹੈ। ਅਤੇ ਇਸੇ ਸਦਕਾ ਬੁਢਲਾਡਾ ਤੋਂ ਨਾਮਵਰ ਸਕੂਲਾਂ ਦੇ ਬੱਚੇ ਸਾਡੇ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਲਈ ਦਾਖਲਾ ਲੈ ਰਹੇ ਨੇ। ਸਿੱਖਿਆ ਵਿਭਾਗ ਵੱਲੋਂ ਇੱਥੇ ਇੱਕ ਤਾਂ ਇੰਗਲਿਸ਼ ਮੀਡੀਅਮ ਸ਼ੁਰੂ ਕਰ ਦਿੱਤਾ 6ਵੀਂ, 7ਵੀਂ, 8ਵੀਂ ਤੋਂ, ਅਤੇ ਅਸੀਂ ਵੀ ਲਗਭਗ ਅੱਧੇ ਬੱਚਿਆਂ ਨੂੰ ਜਿਹੜਾ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਸਪੋਕਨ ਇੰਗਲਿਸ਼ ਦਾ ਅਤੇ ਸਬਜੈਕਟ ਵੀ ਇੰਗਲਿਸ਼ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ, ਵੀ ਤਾਂ ਕਿ ਅੱਗੇ ਜਾ ਕੇ ਬੱਚਿਆਂ ਨੂੰ ਪਲੱਸ 1-2 ਦੇ ਵਿੱਚ ਕੋਈ ਡਰ ਨਾ ਰਹੇ। ਜ਼ਿਆਦਾ ਬੱਚੇ ਜਿਹੜੇ ਹੈਗੇ ਨੇ ਉਹ ਸਾਇੰਸ ਜਾਂ ਕਮਰਸ ਗਰੁੱਪ ਦੇ ਵਿੱਚ ਪੜ੍ਹਨ ਅਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ। ਇੱਕ ਤਾਂ ਪ੍ਰੈਕਟੀਕਲ ਵਰਕ ਬਹੁਤ ਹੋ ਰਿਹਾ, ਐਕਟੀਵਿਟੀ ਬੇਸਡ ਲਰਨਿੰਗ ਹੋ ਰਹੀ ਹੈ, ਇੱਥੇ ਹਰ ਇੱਕ ਸਟਾਫ ਮੈਂਬਰ ਹੈ ਜਿਹੜਾ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੈ ਉਹ ਐਕਟੀਵਿਟੀ ਬੇਸਡ ਪ੍ਰੈਕਟੀਕਲ ਕਰਵਾ ਕੇ ਬੱਚਿਆਂ ਨੂੰ ਸਮਝਾ ਰਿਹਾ, ਬੱਚਿਆਂ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਇੱਥੇ ਮਿਲਦੀ ਹੈ। ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਦੇ ਵਧੀਆ ਪ੍ਰਬੰਧਨ ਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੋਂ ਖੁਸ਼ ਨੇ। ਉਹਨਾਂ ਸਰਕਾਰ ਦਾ ਸਕੂਲ ਨੂੰ ਸਮਾਰਟ ਸਕੂਲ ਦਾ ਰੁਤਬਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ 4ਵੇਂ ਸਕੂਲਾਂ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਤੇ ਇਹ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਮਿਹਨਤ ਨਾਲ ਸੰਭਵ ਹੋ ਸਕਿਆ। ਨਾਲ ਹੀ ਉਹਨਾਂ ਸਕੂਲ ਵਿੱਚ ਸਪੋਰਟਸ ਵਿੰਗ ਖੋਲ੍ਹਣ ਲਈ ਸਰਕਾਰ ਨੂੰ ਬੇਨਤੀ ਕੀਤੀ ਹੈ। ਸਾਡੇ ਸਟਾਫ ਦੀ ਅਤੇ ਸਾਡੀ ਗੌਰਮੈਂਟ, ਖਾਸ ਕਰ ਕੈਪਟਨ ਸਰਕਾਰ ਨੇ ਜਿਹੜਾ ਸਕੂਲਾਂ ਵੱਲ ਨਹੀਂ ਧਿਆਨ ਦਿੱਤਾ, ਮੈਂ ਤਾਂ ਇਹਨਾਂ ਦਾ ਬਹੁਤ ਹੀ ਰਿਣੀ ਹੈ। ਸਾਡਾ ਸਕੂਲ ਬੋਹਾ ਸਕੂਲ ਨੂੰ ਇੱਕ ਵਾਰੀ ਬਾਂਹ ਫੜੀ ਹੈ ਸਰਕਾਰ ਨੇ, ਸਮਾਰਟ ਸਕੂਲ ਐਲਾਨਿਆ, ਅਸੀਂ ਤਾਂ ਹੈਰਾਨ ਹਾਂ ਵੀ ਜਿੰਨੀ ਤਰੱਕੀ ਬੋਹਾ ਸਕੂਲ ਨੇ ਕੀਤੀ ਹੈ, ਕਿਉਂਕਿ ਮੈਂ ਇੱਥੇ ਆਉਂਦਾ ਜਾਂਦਾ ਰਹਿਣਾ, ਮੈਂ ਭੱਠਾ ਚਲਾਉਣਾ, ਵੈਸੇ ਮੈਨੂੰ ਜਦੋਂ ਵੀ ਆਵਾਜ਼ ਮਾਰਦੇ ਨੇ, ਕੋਈ ਵੀ ਸਾਨੂੰ ਕੰਮ ਦੱਸਦੇ ਨੇ, ਮੈਨੂੰ ਐਂ ਲੱਗਦਾ ਵੀ ਮੈਂ ਮੰਦਰ 'ਚ ਮੱਥਾ ਟੇਕਿਆ, ਵੀ ਸਾਡੇ ਜਿਹੜੇ ਪੇਰੈਂਟਸ ਨੇ ਉਹ ਥੋੜ੍ਹੀ ਜਿਹੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ। ਜੇ ਪੇਰੈਂਟਸ ਜ਼ਿੰਮੇਵਾਰੀ ਲੈਣ ਵੀ ਮੇਰਾ ਬੱਚਾ ਮੈਂ ਪੈਦਾ ਕੀਤਾ, ਮੈਂ ਇਹਦੀ ਕੇਅਰ ਕਰਨੀ ਆ, ਮੈਂ ਇਹਦੇ ਬਾਰੇ ਸੋਚਣਾ, ਮੈਂ ਸਕੂਲ ਜਾਣਾ, ਸਾਡੇ ਪੇਰੈਂਟਸ ਮੀਟਿੰਗ ਜ਼ਰੂਰ ਆ। ਇਹ ਸਰਕਾਰੀ ਜਿਹੜੇ ਅਦਾਰੇ ਨੇ ਉਹਨਾਂ ਨੂੰ ਇਹ ਲਾਜ਼ਮੀ ਕਰਨਾ ਚਾਹੀਦਾ ਹੈ। ਸਕੂਲ ਦੇ ਅਧਿਆਪਕ ਹਰ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਭਲਾਈ ਲਈ ਵਚਨਬੱਧ ਨੇ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦਾ ਸਮਾਰਟ ਸਕੂਲਾਂ ਦਾ ਵਿਚਾਰ ਬਹੁਤ ਵਧੀਆ ਹੈ, ਜਿਸ ਦੇ ਤਹਿਤ ਹਰ ਪ੍ਰਕਾਰ ਦੀ ਜਾਣਕਾਰੀ ਲਈ ਵਟਸਐਪ ਗਰੁੱਪ ਰਾਹੀਂ ਅਧਿਆਪਕ ਬੱਚਿਆਂ ਦੇ ਨਾਲ ਜੁੜੇ ਨੇ। ਉਹਨਾਂ ਕਿਹਾ ਕਿ ਸਕੂਲ ਨੂੰ ਦਾਨੀਆਂ ਤੋਂ ਮਿਲੀ ਮਾਲੀ ਮਦਦ ਬਹੁਤ ਕਾਰਗਰ ਸਾਬਤ ਹੋਈ ਹੈ, ਜਿਸ ਨਾਲ ਬੱਚੇ ਪੜ੍ਹਾਈ ਤੇ ਹੋਰ ਖੇਤਰਾਂ ਵਿੱਚ ਵਧੀਆ ਪ੍ਰਾਪਤੀ ਕਰ ਰਹੇ ਨੇ। ਇਹ ਜੋ ਸਰਕਾਰ ਦਾ ਸਮਾਰਟ ਸਕੂਲ ਦਾ ਕਨਸੈਪਟ ਹੈ, ਬਹੁਤ ਵਧੀਆ ਕਨਸੈਪਟ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਾਡੇ ਸਕੂਲਾਂ ਦੀ ਲੋੜ ਹੈ ਉਹ ਮੇਨ ਲੋੜ ਇਹ ਹੈ ਕਿ ਸਾਡੇ ਸਕੂਲਾਂ ਦੀ ਇੱਕ ਦਿੱਖ ਬਹੁਤ ਵਧੀਆ ਹੋਵੇ, ਜਿਹਦੇ ਨਾਲ ਬੱਚੇ ਸਾਡੇ ਸਕੂਲਾਂ ਵੱਲ ਅਟਰੈਕਟ ਹੋਣ। ਅਤੇ ਦੂਜੀ ਵੱਡੀ ਗੱਲ ਇਹ ਹੈ ਕਿ ਸਮੇਂ ਦੀ ਲੋੜ ਹੈ ਕਿ ਸਾਡੇ ਕੋਲ ਅੰਗਰੇਜ਼ੀ ਮਾਧਿਅਮ ਜ਼ਰੂਰੀ ਹੈ, ਕਿਉਂਕਿ ਇੰਗਲਿਸ਼ ਲੈਂਗੁਏਜ ਆਫ ਕਮਿਊਨੀਕੇਸ਼ਨ ਦੇ ਤੌਰ 'ਤੇ ਬਹੁਤ ਹੀ ਇੰਪੋਰਟੈਂਟ ਲੈਂਗੁਏਜ ਹੈ। ਤਾਂ ਸਾਡੇ ਸਕੂਲ ਦੇ ਵਿੱਚ ਸਮਾਰਟ ਸਕੂਲ ਬਣਨ ਦੇ ਨਾਲ ਜਦੋਂ ਇੰਗਲਿਸ਼ ਮੀਡੀਅਮ ਚੱਲ ਪਿਆ ਤਾਂ ਬਹੁਤ ਸਾਰੇ ਬੱਚੇ ਜੋ ਪਹਿਲਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਸੀ ਹੁਣ ਸਾਡੇ ਸਕੂਲਾਂ ਵੱਲ ਅਟਰੈਕਟ ਹੋਣੇ ਸ਼ੁਰੂ ਹੋ ਗਏ ਨੇ। ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀ ਵੀ ਸਕੂਲ ਵਿੱਚ ਮਿਲਣ ਵਾਲੀ ਸਿੱਖਿਆ ਅਤੇ ਸਹੂਲਤਾਂ ਤੋਂ ਖੁਸ਼ ਨਜ਼ਰ ਆ ਰਹੇ ਨੇ। ਬੱਚੇ ਸਿੱਖਿਆ ਦੇ ਨਾਲ ਨਾਲ ਖੇਡਾਂ ਅਤੇ ਹੋਰ ਐਕਟੀਵਿਟੀਜ਼ ਵਿੱਚ ਵੀ ਮੱਲਾ ਮਾਰ ਰਹੇ ਨੇ। ਵਿਦਿਆਰਥੀਆਂ ਨੇ ਕਿਹਾ ਕਿ ਇਸ ਸਕੂਲ ਵਿੱਚ ਸਾਨੂੰ ਦਿੱਤੇ ਜਾਣ ਵਾਲੇ ਟੌਪਿਕ ਕਲੀਅਰ ਕਰਵਾਏ ਜਾਂਦੇ ਨੇ। ਉਹਨਾਂ ਕਿਹਾ ਕਿ ਅਸੀਂ ਵਟਸਐਪ ਗਰੁੱਪ ਰਾਹੀਂ ਅਧਿਆਪਕਾਂ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਾਂ। ਪ੍ਰੈਕਟੀਕਲ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਪ੍ਰਾਈਵੇਟ ਸਕੂਲਾਂ 'ਚ ਅਸੀਂ ਦੇਖਦੇ ਹਾਂ ਟੀਚਰ ਆ ਪ੍ਰੈਕਟੀਕਲ ਕਰਦਾ ਹੈ ਅਤੇ ਬੱਚੇ ਸਿਰਫ ਉਸਨੂੰ ਦੇਖਦੇ ਹਨ। ਪਰ ਸਪੈਸ਼ਲੀ ਬੁਢਲਾਡਾ 'ਚ ਟੀਚਰ ਨਹੀਂ ਹੈਗੇ ਕੰਪਲੀਟ ਜੀ। ਦੂਜੀ ਗੱਲ ਜੀ, ਇੱਥੇ ਮੈਥ ਵੀ ਟੀਚ ਕੀਤਾ ਜਾਂਦਾ ਜੀ, ਉੱਧਰ ਮੈਥ ਵੀ ਨਹੀਂ ਦਿੱਤਾ ਜਾਂਦਾ ਜੀ। ਜੋ ਇੱਥੋਂ ਦੀ ਟੀਚਰਸ ਦੀ ਟੀਮ ਹੈ ਉਹ ਇੰਨੀ ਜ਼ਿਆਦਾ ਹੈਲਪਫੁਲ ਹੈ ਅਤੇ ਹਮੇਸ਼ਾ ਮਦਦ ਦੇ ਲਈ ਨਾ ਅੱਗੇ ਹੀ ਰਹਿੰਦੇ ਨੇ ਅਤੇ ਸਾਨੂੰ ਇਹਨਾਂ ਦੀ ਸਪੋਰਟ ਹੈ। ਈਵਨ ਕਿ ਅਸੀਂ ਮੈਡੀਕਲ ਸਾਇੰਸ ਟੀਮ ਦੇ ਨਾਲ ਬਿਲੋਂਗ ਕਰਦੇ ਹਾਂ ਅਤੇ ਸਾਡੇ ਟੀਚਰਸ ਸਾਨੂੰ ਇਸ ਟੀਮ ਦੇ ਨਾਲ ਰਿਲੇਟਡ ਹੋਣ ਦੇ ਨਾਲ ਨਾਲ ਵੀ ਹੈਲਪ ਕਰਦੇ ਨੇ। ਇੱਥੇ ਟੀਚਿੰਗ ਬਹੁਤ ਵਧੀਆ ਸਰ, ਇੱਥੇ ਵੈਲ ਕੁਆਲੀਫਾਈਡ ਟੀਚਰਸ ਨੇਗੇ ਸਰ। ਪ੍ਰਾਈਵੇਟ ਸਕੂਲ 'ਚ ਸਰ ਇੰਨਾ ਵੈਲ ਟੀਚਿੰਗ ਨਹੀਂ ਹੈਗੀ ਸਰ, ਇੱਥੇ ਥੋਰੋਲੀ ਪੜ੍ਹਾਇਆ ਜਾਂਦਾ ਸਾਨੂੰ। ਸਰਕਾਰੀ ਸਮਾਰਟ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਸਿੱਖਿਆ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਖੁਸ਼ ਨੇ। ਬੁਢਲਾਡਾ ਦੇ SDM ਨੇ ਸਕੂਲ ਸਟਾਫ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਸਕੂਲ ਦੇਖੇ ਗਏ ਨੇ ਉਹਨਾਂ ਵਿੱਚੋਂ ਇਹ ਸਕੂਲ ਸਭ ਤੋਂ ਵਧੀਆ ਹੈ। ਇਨਫੈਕਟ ਇਹ ਵਨ ਆਫ ਦਾ ਬੈਸਟ ਸਕੂਲ ਓਵਰ ਸਰਕਾਰੀ ਸਕੂਲ, ਜਿਤਨੇ ਵੀ ਮੈਂ ਸਕੂਲ ਵਿਜ਼ਿਟ ਕੀਏ ਬਠਿੰਡਾ ਮੈਂ ਜਾਂ ਮਾਨਸਾ ਮੈਂ, ਜੋ ਆਪਣੇ ਪ੍ਰਿੰਸੀਪਲ ਸਾਹਿਬ ਹੈ ਇਹਨਾਂ ਨੇ ਜੋ ਐਫਰਟ ਲਿਆ ਹੈ, ਬਾਲਾ ਕੋ ਯੂਜ਼ ਕੀਆ ਹੈ ਬਿਲਡਿੰਗ ਐਜ਼ ਅ ਲਰਨਿੰਗ ਏਡ,
ਮਾਨਸਾ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਇਹ ਸਮਾਰਟ ਸਕੂਲ ਜਿੱਥੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਨੇ, ਉੱਥੇ ਜੇਕਰ ਸਿੱਖਿਆ ਦੇ ਮੌਜੂਦਾ ਪੱਧਰ ਨੂੰ ਕਾਇਮ ਰੱਖਣ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਹੋਰ ਜ਼ਿਲ੍ਹਿਆਂ ਨੂੰ ਪਛਾੜ ਕੇ ਸਿੱਖਿਆ ਵਿੱਚ ਮੋਹਰੀ ਹੋਣਗੇ। ਮਾਨਸਾ ਤੋਂ ਵਿਨੋਦ ਗੋਇਲ ਦੇ ਨਾਲ ਇੰਡੀਆ ਨਿਊਜ਼ ਪੰਜਾਬ।